मैं ये बोलता है मैं किसान का बेटा हूँ, बैच उतार कर बात कर रहा है। ਪੁਲਿਸ ਵਾਲੇ ਵੱਲੋਂ ਕਿਸਾਨਾਂ ਨੂੰ ਪ੍ਰੋਟੈਸਟ ਕਰਨ ਤੋਂ ਰੋਕਿਆ ਜਾ ਰਿਹਾ ਸੀ, ਜਿਸ ਤੋਂ ਬਾਅਦ ਕਿਸਾਨ ਨੂੰ ਇਹ ਪੁਲਿਸ ਵਾਲਾ ਕਹਿੰਦਾ ਕਿ ਮੈਂ ਵੀ ਇੱਕ ਕਿਸਾਨ ਦਾ ਪੋਤਾ ਅਤੇ ਮੈਂ ਤੁਹਾਨੂੰ ਧਰਨਾ ਨਹੀਂ ਲਾਣ ਦੇ ਸਕਦਾ। ਜਿਸ ਤੋਂ ਬਾਅਦ ਇਸ ਕਿਸਾਨ ਵੀਰ ਨੇ ਇਸ ਪੁਲਿਸ ਵਾਲੇ ਨੂੰ ਚੈਲੰਜ ਕੀਤਾ ਕਿ ਜੇਕਰ ਤੂੰ ਕਿਸਾਨ ਦਾ ਪੋਤਿਆਂ ਦਾ ਜਾਂ ਵਰਦੀ ਉਤਾਰ ਦੇ ਮੈਂ ਤੈਨੂੰ ਇੱਕ ਕਿੱਲਾ ਜ਼ਮੀਨ ਦੇ ਦੂੰਗਾ। ਅਤੇ ਪੁਲਿਸ ਵਾਲਾ ਦੇਖੋ ਗੱਲਾਂ ਸੁਣ ਕੇ ਪਿੱਛੇ ਚੜ ਗਿਆ, ਕਿਉਂਕਿ ਕਿਸਾਨ ਕਹਾਉਣਾ ਬਹੁਤ ਸੌਖਾ ਹੈ ਪਰ ਉਹ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਜਾਂ ਉਹਨਾਂ ਦੀਆਂ ਗੱਲਾਂ ਨੇ ਉੱਥੇ ਉਤਰਨਾ ਬਹੁਤ ਔਖਾ ਹੈ। ਜਿਸ ਤੋਂ ਬਾਅਦ ਪੁਲਿਸ ਵਾਲਾ ਵੀ ਪਿੱਛੇ ਹਟ ਕੇ ਦੇਖੋ ਖੜ ਜਾਂਦਾ ਹੈ। ਮੈਂ ਇਹ ਬੋਲਦਾ ਮੈਂ ਕਿਸਾਨ ਦਾ ਬੇਟਾ ਹੂੰ, ਬੈਚ ਉਤਾਰ ਕਰ ਬਾਤ ਕਰਦਾ ਹੈ ਔਰ ਮੈਂ ਇਸ ਕੋ ਆਪਣਾ ਇੱਕ ਏਕੜ ਦੂੰਗਾ ਅਗਰ ਇਹ ਨੌਕਰੀ ਛੋੜਤਾ ਹੈ। ਇਹ ਪੁਲਿਸ ਕੀ ਪ੍ਰਸ਼ਾਸਨ ਕੀ ਮੈਂ ਇੱਕ ਏਕੜ ਦੂੰਗਾ ਔਰ ਇਸਨੇ ਬੋਲਾ ਕਿ ਕਿਸ ਤਰ੍ਹਾਂ ਕਰਦਾ ਹੈ। ਇਹ ਹਮਾਰੇ ਸਾਥ ਨੌਕਰੀ ਛੋੜ ਕਰ ਯਹਾਂ ਪਰ ਬੈਠੇ ਕਿਸਾਨ ਕਾ ਬੇਟਾ ਹੈ। ਸੋ ਫਿਰ ਪਤਾ